ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਅੱਜ ਆਪਾਂ ਖੜੇ ਹਾਂ ਜੀ ਵੀਰ ਕੁਲਦੀਪ ਕੋਲੇ ਫੌਜੀ ਸਿੰਘ ਕੋਲੇ ਤੇ ਆਪਾਂ ਕਰਦੇ ਹਾਂ ਗੱਲਬਾਤ ਕੀ ਟਰੈਕਟਰ ਲੈ ਕੇ ਆਏ ਨੇ ਤੇ ਹੋਰ ਕੀ ਹਾਲ ਹੈ ਬਾਈ ਜੀ ਠੀਕ ਆ ਬਾਈ ਜੀ ਵਧੀਆ ਤੇ ਆਪਣਾ ਕੀ ਨਾਮ ਹੈ ਜੀ ਪਹਿਲਾਂ ਤੇ ਇੱਕ ਨੰਬਰ ਦੱਸੋ ਜੀ ਪਹਿਲਾਂ ਮੇਰਾ ਨਾਮ ਇਕਬਾਲ ਸਿੰਘ ਹੈ ਹਾਂਜੀ ਨੰਬਰ ਹੈ 96640 99001 ਠੀਕ ਹੈ ਜੀ ਤੇ ਆਪਣੇ ਸਾਹਮਣੇ ਹੈਗਾ ਮੈਸੀ ਟਰੈਕਟਰ 5545 DI ਕੀ ਮਾਡਲ ਹੈ ਜੀ ਇਹ ਮਾਡਲ 2004 ਹੈ ਅੱਛਾ ਜੀ ਤੇ 85 ਕੋਈ ਟਾਇਰ ਹੈਗੇ ਮਗਰਲੇ ਠੀਕ ਹੈ ਜੀ ਤੇ ਪ੍ਰਾਈਸ ਕੀ ਹੈ ਜੀ ਯਾ ਯਾ 2 ਲੱਖ ਤੇ 25000 ਅੱਛਾ ਦੇਣਾ ਕਿੰਨੇ ਦਾ ਜੀ ਜੇ ਕੋਈ ਦੇਣ ਲੈਣ ਵਾਲੀ ਗੱਲ ਕਰੇ ਦੇਣ ਲੈਣ ਵਾਲੀ ਗੱਲ 2 ਲੱਖ ਦਾ ਦੇ ਦਾਂਗੇ ਅੱਛਾ 2 ਲੱਖ ਦਾ ਦੇ ਦੋਗੇ 25000 ਦੀ ਛੋਟ ਆ ਸਿੱਧੀ ਹਾਂ ਠੀਕ ਹੈ ਜੀ ਅਗਲਾ ਟਰੈਕਟਰ ਆਗਾ 745 ਸੋਨਾਲੀਕਾ ਡਬਲ ਕਲੱਚ ਵਾਲਾ ਜੀ ਡਬਲ ਕਲੱਚ ਹੈ ਤੇ ਸਿੰਪਲ ਸਟੀਅਰਿੰਗ ਹੈ ਸਿੰਪਲ ਸਟੀਅਰਿੰਗ ਹੈ ਡਬਲ ਕਲੱਚ ਹੈ 2001 ਮਾਡਲ ਹੈ ਅੱਛਾ ਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਬੁਲਟ ਟਾਇਰ ਹੈਗਾ 80-85 ਬਾਏ ਮਗਰਲੇ ਤਾਂ ਖਤਮ ਹੀ ਨੇ ਠੀਕ ਹੈ ਜੀ ਅਗਲੇ ਤਾਂ 80-85% ਨੇ ਤੇ ਕਿੰਨਾ ਮਾਡਲ ਹੈ ਤੇ ਕਿੰਨਾ ਪ੍ਰਾਈਸ ਹੈ 2001 ਮਾਡਲ ਹੈ 1,70,000 ਰੇਟ ਹੈ ਦਾ 1,70,000 ਰੁਪਿਆ ਰੇਟ ਹੈ ਕਿੰਨੇ ਦਾ ਦੇਣਾ ਹੈ ਜੇ ਮੌਕੇ ਤੇ 1.5 ਲੱਖ ਦਾ ਦੇਣਾ ਮੌਕੇ 1.5 ਲੱਖ ਦਾ 20,000 ਦੀ ਟਰੈਕਟਰ ਤੇ ਛੂਟ ਚੱਲੀ ਜਾਂਦੀ ਹੈ ਲਗਭਗ 20,000 ਤੇ ਸਾਰਾ ਓਰੀਜਨਲ ਹੀ ਪਿਆ ਜੀਏ ਤਾਂ ਓਰੀਜਨਲ ਆ ਸਾਰਾ ਅੱਛਾ ਓਰੀਜਨਲ ਹੈ ਜਮਾ ਸਾਰਾ ਹਾਂ ਜੇ ਕੁਝ ਨਹੀਂ ਕਰਾਇਆ ਤੇ ਥੋੜੇ ਮਗਰਾਟ ਜੇ ਖਰਾਬ ਸੀਗੇ ਪਿੱਛੋਂ ਉਹ ਕੱਲੀਆਂ ਉਹ ਪੱਤੀਆਂ ਲਵਾਈਆਂ ਹੈ ਜੇ ਰੰਗ ਉਹ ਵੀ ਨਹੀਂ ਕਰਾਏ ਠੀਕ ਹੈ ਜੀ ਅਗਲੇ ਬੰਨੇ ਆ ਗਿਆ ਆਪਣਾ ਅਰਜਨ 605 DI ਤੇ ਇਹ ਕਿੰਨਾ ਮਾਡਲ ਹੈ ਜੀ ਇਹ ਆਪਣਾ ਹੈਗਾ ਜੀ 13 ਮਾਡਲ ਠੀਕ ਹੈ ਜੀ ਤੇ ਟਾਇਰ ਕਿੰਨੇ ਪਰਸੈਂਟ ਪਏ ਜੀ ਇਹਦੇ ਕਿੰਨੇ ਪੈਸੇ ਪਏ 85 ਪੈਸੇ ਟਾਇਰ ਨਾ ਠੀਕ ਹੈ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਹੈ ਤੇ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਹੈਗੀ ਹੈ 3,90,000 3,90,000 ਇਹ ਕਿੰਨੇ ਦਾ ਦੇਣਾ ਜੀ ਇਹ ਦੇ ਦਾਂਗੇ ਆਪਾਂ 3,60,000-65,000 ਦਾ 3,60,000-65,000 ਦਾ ਦੋਗੇ 65,000 ਦਾ ਠੀਕ ਹੈ ਜੀ ਅਗਲਾ ਟਰੈਕਟਰ ਹੈਗਾ ਸੋਨਾਲੀਕਾ 750 ਇੰਟਰਨੈਸ਼ਨਲ ਸਾਈਡ ਗੇਅਰ ਹੈ ਤੇ ਡਬਲ ਡਿਸਟ੍ਰੀਬਿਊਟਰ ਹੈ ਜੀ ਹਨਾ ਹਾਂਜੀ ਤੇ ਕਿੰਨਾ ਮਾਡਲ ਹੈ ਜੀ ਇਹ 15 ਮਾਡਲ ਹੈ ਜੀ ਅੱਛਾ 15 ਮਾਡਲ ਹੈ ਆਇਲ ਬ੍ਰੇਕਾਂ ਨੇ ਪਾਵਰ ਸਟੀਅਰਿੰਗ ਹੈ ਤੇ ਕੀ ਰੇਟ ਹੈ ਜੀ ਜੇ ਰੇਟ ਦੀ ਗੱਲ ਕਰੀਏ ਰੇਟ ਹੈ 425 ਹੈ ਜੀ 425 ਤੇ ਦੇਣ ਲੈਣ ਵਾਲੀ ਗੱਲ ਜੀ 4,10,000 ਠੀਕ ਹੈ ਜੀ ਤੇ ਅਗਲਾ ਆ ਗਿਆ ਆਪਣਾ ਸੋਨਾਲੀਕਾ ਇੰਟਰਨੈਸ਼ਨਲ 35735 ਆ ਗਿਆ ਇਹ ਕਿਹੜਾ ਨੰਬਰ ਕਿੱਥੋਂ ਦਾ ਜੀ ਹਰਿਆਣੇ ਦਾ ਹਰਿਆਣਾ ਨੰਬਰ ਹੈ ਜੀ ਅੱਛਾ ਹਰਿਆਣੇ ਦਾ ਨੰਬਰ ਹੈ ਸਿੰਪਲ ਸਟੀਅਰਿੰਗ ਸੈਂਟਰ ਗੇਅਰ ਹੈ ਜੀ ਸੈਂਟਰ ਗੇਅਰ ਹੈ ਤੇ ਇਹਦਾ ਕੀ ਮਾਡਲ ਹੈ ਤੇ ਕੀ ਪ੍ਰਾਈਸ ਹੈ ਜੀ ਇਹ ਮਾਡਲ 14 ਹੈ 14 ਮਾਡਲ ਹੈ ਪ੍ਰਾਈਸ 2,85,000 2,85,000 ਰੁਪਿਆ ਡਿਮਾਂਡ ਹੈ ਦੇਣਾ ਕਿੰਨੇ ਦਾ ਜੀ 2,70,000 ਦਾ ਰੇਟ ਠੀਕ ਹੈ ਜੀ 2,70 ਦਾ ਤੇ ਅਗਲੇ ਬੰਨੇ ਨਹੀਂ ਵੀਰ ਅਗਲੇ ਬੰਨੇ ਆਪਣੇ ਕੋਲ ਆ ਗਿਆ 5310 ਕਾਲੀ ਪੇਟੀ ਵਾਲਾ ਇੰਜਨ ਹੈ ਨਾ ਜੀ ਹਾਂ ਕਾਲਾ ਇੰਜਨ ਆ ਗਿਆ ਇਹ ਤੇ ਕੀ ਮਾਡਲ ਹੈ ਜੀ ਇਹ ਮਾਡਲ ਹੈ 10 10 ਮਾਡਲ ਇਹਦੀ ਇਹ ਖਾਸੀਅਤ ਹੈ ਨਾ ਜੀ ਡੀਜ਼ਲ ਬਾਕੀਆਂ ਨਾਲੋਂ ਘੱਟ ਖਾਂਦੇ ਆ ਡੀਜ਼ਲ ਖਰਚਾ ਘੱਟ ਹੈ ਇਹਨਾਂ ਦਾ ਤੇ ਟਾਇਰ ਕਿੰਨੇ ਪਰਸੈਂਟ ਹੈ ਜੀ ਟਾਇਰ ਹੈਗਾ 90% ਦਾ ਜੀ ਅੱਛਾ ਜੀ ਤੇ ਕੀ ਡਿਮਾਂਡ ਹੈ ਜੀ ਇਹ ਟਰੈਕਟਰ ਦੀ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਤਾਂ ਜੀ 4,94,000 ਹੈ ਜੀ ਅੱਛਾ ਡਿਮਾਂਡ 4,95 ਆ ਕਿੰਨੇ ਦਾ ਦੇਣਾ ਜੀ ਟਰੈਕਟਰ ਦੇ ਦੇਵਾਂਗੇ ਆਪਾਂ 80,000 ਦਾ ਅੱਛਾ ਜੀ 480 ਦਾ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਐਨਓਸੀ ਦੀ ਤੇ ਐਨਓਸੀ ਮਿਲ ਜੂਗੀ ਦੀ ਅੱਛਾ ਐਨਓਸੀ ਮਿਲ ਜੇਗੀ ਤੇ ਕਾਪੀ ਵਗੈਰਾ ਜੀ ਕਾਪੀ ਦੀ ਚੱਪਲ ਵਾਲੀ ਕਾਪੀ ਹੈ ਠੀਕ ਹੈ ਜੀ ਤੀਜੇ ਦਾ ਨਾਮ ਇਹ ਐਨਓਸੀ ਮਿਲ ਜੂਗੀ ਠੀਕ ਹੈ ਜੀ ਅਗਲੇ ਬੰਨੇ ਆਗਾ ਸੋਨਾਲੀਕਾ ਉਹ ਪੀਟੀਓ ਟਰੈਕਟਰ ਹੈ ਅੱਛਾ ਡਬਲ ਪੀਟੀਓ ਟਰੈਕਟਰ ਹੈ ਸੋਨਾਲੀਕਾ 60 ਆਗਾ ਡਬਲ ਕਲੱਚ ਹੈ ਤੇ 3 ਸਿਲੰਡਰ ਟਰੈਕਟਰ ਹੈ ਵੀ ਠੀਕ ਹੈ ਜੀ 3 ਸਿਲੰਡਰ ਸਿਲੰਡਰ ਚ ਆ ਗਿਆ ਇਹ 9 ਮਾਡਲ ਹੈ ਠੀਕ ਹੈ ਜੀ ਤੇ ਕੀ ਪ੍ਰਾਈਸ ਹੈ ਜੀ ਇਹਦੇ ਟਰੈਕਟਰ ਦਾ ਇਹ 2,60,000 ਤੇ ਜੇ ਟਾਇਰਾਂ ਦੀ ਗੱਲ ਕਰੀਏ ਜੀ ਅਗਲੇ ਨਵੇਂ ਆ ਅੱਛਾ ਜੀ ਪਿਛਲੇ ਹੈਗੇ 60-65 ਪੈਸੇ ਤੇ ਇਹ ਟਰੈਕਟਰ ਤੇ ਕਿੰਨੀ ਛੂਟ ਹੈ ਜੀ ਜੇ ਗੱਲ ਕਰੀਏ ਛੂਟ ਦੀ ਇਹ 2,45,000 ਦਾ ਦੇ ਦਿਆਂਗੇ ਟਰੈਕਟਰ ਅੱਛਾ ਜੀ 2,45,000 ਦਾ ਇਹ ਵੀ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਹੈ ਐਨਓਸੀ ਇਹਦੀ ਮਿਲ ਜੂਗੀ ਅੱਛਾ ਐਨਓਸੀ ਮਿਲ ਜਾਏਗੀ ਤੇ ਨਾਮ ਆਪਣੇ ਕਿੰਨੇ ਟਰੈਕਟਰ ਹੋ ਜਾਣਗੇ ਕਿੱਥੋਂ ਮਾਡਲ ਤੱਕ ਹੋ ਜਾਣਗੇ ਜੀ ਜੇ ਗੱਲ ਕਰੀਏ ਇਹ 9 ਮਾਡਲ ਤੱਕ 9 ਮਾਡਲ ਦੇ ਵਿੱਚ ਵੀ ਨਾ ਹੋ ਜਾਂਦੇ ਨੇ ਠੀਕ ਹੈ ਜੇ ਪਾਸਿੰਗ ਪਈ ਹੋਵੇ ਠੀਕ ਹੈ ਜੀ ਤੇ ਅਗਲੇ ਬੰਨੇ ਆ ਗਿਆ ਸੋਨਾਲੀਕਾ HDM ਹੈਵੀ ਡਿਊਟੀ ਇੰਟਰਨੈਸ਼ਨਲ ਵਾਲਾ ਡਬਲ ਕਲੱਚ ਹੈ ਜੀ ਪਾਵਰ ਸਟੀਅਰਿੰਗ ਹੈ ਤੇ ਸਾਈਡ ਗੇਅਰ ਦੇ ਨਾਲ ਹੈ ਕਿੰਨਾ ਮਾਡਲ ਹੈ ਜੀ ਇਹ ਹੈਗਾ 17 ਮਾਡਲ 17 ਮਾਡਲ ਹੈ ਤੇ ਪ੍ਰਾਈਸ ਕੀ ਹੈ ਜੀ ਇਹਦੀ ਜੇ 5,25,000 5,25,000 ਰੁਪਇਆ ਡਿਮਾਂਡ ਹੈ ਤੇ ਨੰਬਰ ਕਿੱਥੋਂ ਦਾ ਜੀ ਟਰੈਕਟਰ ਹੈ ਪੰਜਾਬ ਨੰਬਰ ਹੈ ਅੱਛਾ ਪੰਜਾਬ ਨੰਬਰ ਹੈ ਜੀ ਇਹ ਨਾਮ ਹੋ ਜਾਏਗਾ ਨਾ ਹੋ ਜੂਗਾ ਨਾਮ ਇਹ ਨਾਮ ਨਾਮ ਤਾਂ ਸਾਰੇ ਹੋ ਜਾਣਗੇ ਅੱਛਾ ਜੀ ਨਾ ਹੋ ਜਾਣਗੇ ਸਾਰੇ ਨਾਮ ਇਹ ਕਾਪੀ ਫਿਰ ਚੇਪ ਵਾਲੀ ਮਿਲੇਗੀ ਜੀ ਇਹਦੇ ਨਾਲ ਹਾਂ ਹਾਂ ਕਾਪੀ ਚੇਪ ਵਾਲੀ ਤੇ ਇਸ ਤੋਂ ਇਲਾਵਾ 5-25 ਡਿਮਾਂਡ ਹੈ ਕਿੰਨੇ 5 ਲੱਖ ਦਾ ਬਣ ਜੂਗਾ ਟਰੈਕਟਰ ਅੱਛਾ 5 ਲੱਖ ਦਾ ਬਣ ਜਾਏਗਾ ਤੇ ਫੱਟੀ ਹੁੱਕ ਡੰਡਾ ਸਾਰਾ ਕੁਝ ਨਾਲ ਹੈ ਜੀ ਨਾਲ ਨਾਲ ਲੁੱਕ ਨਾਲ ਸਾਰਾ ਕੁਝ ਸਹੀ ਹੈ ਤੇ ਆਇਲ ਬ੍ਰੇਕਾਂ ਨੇ ਅਗਲੇ ਬੰਨੇ ਜੇ ਗੱਲ ਕਰੀਏ 5310 ਆ ਗਿਆ ਤੇ ਇਹ ਵੀ ਕਾਲੀ ਪੇਟੀ ਵਾਲਾ ਆ ਗਿਆ ਇੰਜਨ ਇਹਦੇ ਇਹ 9 ਮਾਡਲ ਟਰੈਕਟਰ ਹੈ ਅੱਛਾ ਜੀ 9 ਮਾਡਲ ਹੈ ਇਹ
ਡਬਲ ਡਿਸਟ੍ਰੀਬਿਊਟਰ ਹੈ ਖੁੱਲਦੇ ਸੈਲਰੇਟਰ ਹੈ ਇਹ ਅੱਛਾ ਜੀ ਤੇ ਨੰਬਰ ਕਿੱਥੋਂ ਦਾ ਹਰਿਆਣਾ ਹਰਿਆਣਾ ਨੰਬਰ ਹੈ ਪੰਜਾਬ ਚ ਨਾ ਹੈ ਅੱਛਾ ਜੀ ਤੇ ਡਿਮਾਂਡ ਕੀ ਹੈ ਜੀ 4,30,000 4,30,000 ਰੁਪਏ ਡਿਮਾਂਡ ਹੈ ਕਿੰਨੇ ਦਾ ਦੇਣਾ ਲੈਣਾ ਹੈ 4,00,000 ਦਾ ਤੇ ਟਾਇਰ ਕਿੰਨੇ ਪਰਸੈਂਟ ਹੈ ਜੀ ਟਾਇਰ ਦੇ 45% ਤੇ ਇੱਕ ਵਾਰੀ ਫਿਰ ਤੋਂ ਆਪ ਦਾ ਨੰਬਰ ਦੁਬਾਰਾ ਬੋਲ ਦਿਓ ਜੀ 96640 ਹਾਂਜੀ 99001 99001 ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਤੇ ਤਲਵੰਡੀ ਸਾਬੋ ਟਰੈਕਟਰ ਮੰਡੀ ਚ ਖੜੇ ਸੀ ਵੀਡੀਓ ਨੂੰ ਸ਼ੇਅਰ ਕਰਿਆ ਜੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲਾਈਕ ਕਰ ਦੇ ਧੰਨਵਾਦ ਮਿਲਦੇ ਹਾਂ।